ਮੈਂ ਜਗਤਾਰ ਸਿੰਘ ਪੁਰੀ, ਡਿਸਟ੍ਰਿਕਟ ਯਮੁਨਾਨਗਰ, ਹਰਿਆਣਾ, ਇੰਡੀਆ। ਨੇਚਰ ਅਰਾਊਂਡਸ ਕੇ ਲੀਏ ਅਗਲਾ ਅੰਕ ਲੈ ਕੇ ਹਾਜ਼ਰ ਹੂੰ। ਯੇ ਇੱਕ ਸੜਕ ਕੇ ਕਿਨਾਰੇ ਮੈਨੇ ਗਾੜੀ ਦੇਖੀ ਹੈ, ਇਸ ਐਕਸੀਡੈਂਟ ਮੈਨੇ ਕਭੀ ਦੇਖਾ ਨਹੀਂ। ਇਸਕੀ ਬਾਤੇਂ ਬਤਾਤਾ ਹੂੰ ਮੈਂ, ਕਿਉਂ ਬੋਲੋਂਗੇ ਦੇਖਾ ਨਹੀਂ ਮੈਨੇ ਐਸਾ ਐਕਸੀਡੈਂਟ। ਯੇ ਦੇਖੀਏ ਇਸਕਾ, ਯੇ ਰੋਂਗ ਸਾਈਡ ਮੈਂ ਆਗੇ ਲਗੀ ਹੈ। ਯੇ ਇਸਕਾ ਫਰੰਟ ਹੈ, ਜੋ ਫਰੰਟ ਲਗਾ ਹੁਆ ਹੈ। ਇਸਕੀ ਬੈਕ ਸਾਈਡ ਵੀ ਦਿਖਾਤੇ ਹੈਂ ਆਪਕੋ। ਲੇਕਿਨ ਕਮਾਲ ਕੀ ਬਾਤ ਯੇ ਹੈ ਕਿ ਯੇ ਰੋਂਗ ਸਾਈਡ ਮੈਂ ਆਗੇ ਲਗੀ ਹੈ ਯਹਾਂ ਪੇ। ਯੇ ਬਿਲਾਸਪੁਰ ਸੇ ਸਟੋਰੇ ਕੋ ਜਾ ਰਹੀ ਸੀ। ਔਰ ਕਮਾਲ ਮੈਂ ਯੇ ਦੇਖ ਰਹਾ ਹੂੰ, ਮੈਂ ਹੈਰਾਨ ਹੂੰ ਕਿ ਜਹਾਂ ਸੇ ਯੇ ਉੱਪਰ ਸੇ ਆਈ ਹੈ, ਸੜਕ ਸੇ ਨੀਚੇ ਆਈ ਹੈ, ਕਾਫੀ ਨੀਚੇ, ਵਹਾਂ ਕੋਈ ਨਿਸ਼ਾਨੀ ਨਹੀਂ ਛੋੜੀ। ਪਹਿਲੇ ਤਾਂ ਮੈਨੇ ਵੀ ਸੋਚਿਆ ਕਿਸੇ ਨੇ ਚੋਰੀ ਕਰਕੇ ਯੇ ਇਸਮੇ ਸਮਾਨ ਨਿਕਾਲਾ ਹੁਆ, ਦੇਖੋ ਸਾਰਾ ਬਿਖਰਾ ਹੁਆ ਸਮਾਨ ਹੈ, ਤੋ ਚੋਰੀ ਕਾ ਕੇਸ ਹੋਗਾ। ਲੇਕਿਨ ਜਬ ਮੈਂ ਫਰੰਟ ਮੇ ਆ ਕੇ ਦੇਖਾ ਤੋ ਟੱਕਰ ਲਗਾ ਹੁਆ ਹੈ ਜਬਰਦਸਤ। ਤੋ ਆਦਮੀ ਤੋ ਇਸਮੇ ਕੈਸੇ ਹੂਏ ਹੋਗੇ, ਚੋਟ ਤੋ ਲਗੀ ਹੋਗੀ, ਚੋਟ ਸੇ ਬਗੈਰ ਤੋ ਬਚ ਨਹੀਂ ਸਕਦਾ ਆਦਮੀ ਸੇ ਐਸੇ ਐਕਸੀਡੈਂਟ ਮੈਂ। ਲੇਕਿਨ ਹੈਰਾਨਗੀ ਕੀ ਬਾਤ ਯੇ ਹੋ ਗਈ, ਯੇ ਦੇਖੀਏ ਇਸਕੀ ਹਾਲਤ ਦੇਖ ਲੀਜੀਏ ਆਪ ਗਾੜੀ ਕੀ। ਔਰ ਯੇ ਜੋ ਰੋਂਗ ਸਾਈਡ ਮੈਂ ਆਗੇ ਲਗਾਇਆ, ਕਿਆ ਨਸ਼ੇ ਕੀ ਹਾਲਤ ਹੀ ਲਗਤੀ ਹੈ ਮੇਰੇ ਕੋਲ ਇਸਕੀ, ਕਿਉਂਕਿ ਇਸਕੇ ਅੰਦਰ ਕਾਗਜ਼ਾਤ ਪੜੇ ਹੈ। ਦੇਖਣਾ ਮੇਰਾ ਖਿਆਲ ਹੈ ਪੁਲਿਸ ਨੇ ਕਾਰਵਾਈ ਇਸਕੀ ਕੀ ਹੋਗੀ, ਪੜੇ ਹੈ ਯੇ। ਯੇ ਦੇਖੀਏ ਚੱਪਲੇ ਪੜੀ ਹੈ, ਯੇ ਗਾੜੀ ਕਾ ਸਮਾਨ ਪੜਾ ਹੈ। ਲੇਕਿਨ ਹੈਰਾਨਗੀ ਕੀ ਜੋ ਬਾਤ ਹੈ ਵੋ ਯੇ ਹੈ ਕਿ ਮੈਂ ਆਪਕੋ ਉੱਪਰ ਸੜਕ ਪੇ ਲੈ ਕੇ ਚਲਤਾ ਹੂੰ, ਯੇ ਰੋਂਗ ਸਾਈਡ ਮੈਂ ਆਈ ਹੈ। ਯੇ ਦੇਖੀਏ ਇਸਕਾ ਨੰਬਰ ਵੀ ਆਪਕੋ ਦਿਖਾਈ ਦੇ ਰਹਾ ਹੋਗਾ, UK07AU09963। ਹੈਰਾਨਗੀ ਕੀ ਬਾਤ ਯੇ ਹੈ ਕਿ ਮੈਂ ਆਪਕੋ ਸੜਕ ਦਿਖਾਤਾ ਹੂੰ। ਯੇ ਉਸ ਸਾਈਡ ਸੇ ਐਸੇ ਜਾ ਰਹਾ ਥਾ, ਲੇਕਿਨ ਯੇ ਕਿਆ ਹੁਆ ਕਿ ਐਸੇ ਕੀ ਬਜਾਏ ਯੇ ਐਸੇ ਘੂਮ ਗਿਆ। ਅਭੀ ਮੇਰੇ ਜੋ ਕਹਿਣੇ ਕਾ ਤਾਤਪਰਯ ਯੇ ਹੈ ਕਿ ਯਹਾਂ ਸੇ ਅਗਰ ਗਾੜੀ ਯੇ ਨੀਚੇ ਗਈ ਤੋ ਯੇ ਦੇਖੀਏ ਝਾੜੀ ਵਗੈਰਾ ਬਿਲਕੁਲ ਕੁਛ ਨਹੀਂ ਹੁਆ ਇਸਮੇ, ਯੇ ਝਾੜੀਆਂ ਵੈਸੇ ਕੀ ਵੈਸੇ ਹੀ ਹੈਂ। ਅਗਰ ਯੇ ਇਸਕੇ ਉੱਪਰ ਸੇ ਝਾੜੀ ਕੇ ਉੱਪਰ ਸੇ ਜਾਤੀ ਤੋ ਝਾੜੀ ਇਸਕੇ ਨੀਚੇ ਹੋਣੀ ਚਾਹੀਏ ਥੀ, ਕੁਦਰਤੀ ਬਾਤ ਹੈ। ਅਗਰ ਯੇ ਮੇਰਾ ਕਹਿਣੇ ਕਾ ਮਤਲਬ ਯਹੀ ਹੈ ਕਿ ਅਗਰ ਯੇ ਜਾਤੀ ਝਾੜੀਆਂ ਕੇ ਉੱਪਰ ਸੇ ਤੋ ਝਾੜੀਆਂ ਤੋ ਇਸਕੇ ਨੀਚੇ ਆ ਜਾਤੀ। ਸਮਝ ਨਹੀਂ ਆਈ ਕਿ ਐਕਸੀਡੈਂਟ ਯੇ ਹੁਆ ਕੈਸੇ, ਕਿਉਂਕਿ ਵੀ ਯਹਾਂ ਤੋ ਕੋਈ ਹੈ ਨਹੀਂ, ਉਜਾੜ ਮੇ ਖੜੀ ਹੈ ਯੇ, ਫਤਿਹਗੜ੍ਹ ਤੁੰਬੀ ਕੇ ਪਾਸ ਹੈ ਯੇ। ਲੇਕਿਨ ਮੈਂ ਹੈਰਾਨ ਹੂੰ ਕਿ ਗਾੜੀ ਕਾ ਐਕਸੀਡੈਂਟ ਵੀ ਹੈ ਔਰ ਯੇ ਜਹਾਂ ਸੇ ਨੀਚੇ ਗਈ ਹੈ ਰੋਂਗ ਸਾਈਡ ਮੈਂ, ਵਹਾਂ ਸੇ ਝਾੜੀ ਵੀ ਇਸਕੇ ਨੀਚੇ ਕੋਈ ਨਹੀਂ ਆਈ, ਤੋ ਯੇ ਕੈਸੇ ਹੁਆ ਯੇ ਤੋ ਡਰਾਈਵਰ ਹੀ ਜਾਣ ਸਕਤਾ ਹੈ ਯਾ ਜੋ ਇਸਮੇ ਬੈਠੇ ਹੋਗੇ ਵਹੀ ਜਾਣ ਸਕਤੇ ਹੈ। ਲੇਕਿਨ ਕਹਿਣੇ ਕਾ ਤਾਤਪਰਯ ਯਹੀ ਹੈ ਕਿ ਗਾੜੀ ਕੀ ਤੋ ਕੋਈ ਬਾਤ ਨਹੀਂ, ਲੇਕਿਨ ਜਾਨ ਜਾਣੇ ਸੇ ਯਾ ਗਹਿਰੀ ਚੋਟ ਲੱਗਣੇ ਸੇ ਮੁਸ਼ਕਿਲ ਹੋ ਜਾਤੀ ਹੈ। ਯੇ ਮੇਰੇ ਭਾਈ ਜੋ ਦਾਰੂ ਪੀ ਕੇ ਨਸ਼ਾ ਕਰਕੇ ਚਲਾਤੇ ਹੈ ਔਰ ਟੈਨਸ਼ਨ ਮੈਂ ਚਲਾਤੇ ਹੈ, ਦੇਖਤੇ ਨਹੀਂ ਹੈ, ਉਨਕੇ ਲੀਏ ਇੱਕ ਸ਼ਿਕਸ਼ਾ ਹੈ। ਔਰ ਮੈਂ ਵੀ ਯੇ ਵੀ ਨਹੀਂ ਬਤਾ ਸਕਤਾ ਕਿ ਐਕਸੀਡੈਂਟ ਹੁਆ ਕੈਸੇ, ਕਿਉਂਕਿ ਮੇਰੇ ਕੋਲ ਤਾਂ ਝਾੜੀਆਂ ਹੀ ਨਜ਼ਰ ਆ ਰਹੀਆਂ ਬਿਲਕੁਲ ਸਾਫ਼ ਸਾਫ਼ ਹੈ, ਔਰ ਝਾੜੀਆਂ ਕੇ ਪੀਛੇ ਕੈਸੇ ਛੁਪੀ ਹੋਈ ਹੈ, ਐਕਸੀਡੈਂਟ ਵੀ ਹੈ, ਆਗੇ ਸੇ ਫਰੰਟ ਇਸਕਾ ਬਹੁਤ ਜ਼ਬਰਦਸਤ ਲਗਾ ਹੁਆ ਹੈ, ਭਿੜਾ ਹੁਆ ਹੈ, ਕੁਦਰਤ ਕੇ ਰੰਗਾ ਕੈਸੇ ਹੁਆ ਪਤਾ ਨਹੀਂ। ਲੇਕਿਨ ਮੇਰਾ ਤਾਂ ਸੰਦੇਸ਼ ਇਹੀ ਹੈ ਕਿ ਦਾਰੂ ਪੀ ਕੇ ਭਾਈ ਨਸ਼ਾ ਪੀ ਕੇ ਨਸ਼ਾ ਕਰਕੇ ਸੜਕ ਪੇ ਮਤ ਚਲੇ। ਵੀਡੀਓ ਦੇਖ ਰਹੇ ਧੰਨਵਾਦ ਧੰਨਵਾਦ ਧੰਨਵਾਦ।